ਸਤਿ ਸ੍ਰੀ ਅਕਾਲ, ਮੈਂ ਹਾਂ ਜਤਿੰਦਰ ਸਿੰਘ ਤੇ ਪ੍ਰਾਈਮ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ। ਮੋਗਾ 'ਚ ਇੱਕ ਹਫ਼ਤੇ 'ਚ ਬਦਲੇ 3 SSP, ਇਲਜ਼ਾਮਾਂ 'ਚ ਘਿਰੇ ਮੋਗਾ ਦੇ ਸਾਬਕਾ SSP ਰਾਜੀਵ ਸਿੰਘ ਨੇ ਤੋੜੀ ਚੁੱਪੀ। ਵੀਡੀਓ ਜਾਰੀ ਕਰ ਕਿਹਾ, ਮੇਰੇ ਖਿਲਾਫ਼ ਹੋ ਰਿਹਾ ਪ੍ਰੋਪੋਗੰਡਾ। ਨਸ਼ਾ ਵਿਰੋਧੀ ਮੁਹਿੰਮ 'ਚ ਢਿੱਲ ਵਰਤਣ ਕਾਰਨ ਸੰਗਰੂਰ ਜ਼ਿਲ੍ਹੇ ਦੇ 2 ਥਾਣੇਦਾਰ ਸਣੇ 6 ਪੁਲਿਸ ਮੁਲਾਜ਼ਮ ਮੁਅੱਤਲ। ਨਹੀਂ ਥੰਮ ਰਿਹਾ ਨਸ਼ੇ ਦੀ ਓਵਰਡੋਜ਼ ਕਰਕੇ ਮੌਤਾਂ ਦਾ ਸਿਲਸਿਲਾ। ਮੋਗਾ ਅਤੇ ਤਰਨ ਤਾਰਨ 'ਚ 2 ਮੌਤਾਂ। ਮੋਗਾ 'ਚ ਕਬੱਡੀ ਦੇ ਖਿਡਾਰੀ ਨੇ ਨਸ਼ੇ ਦੀ ਓਵਰਡੋਜ਼ ਕਰਕੇ ਤੋੜਿਆ ਦਮ। ਨਸ਼ਿਆਂ ਖਿਲਾਫ਼ ਮੁਜ਼ਾਹਰੇ ਜਾਰੀ। ਦਵਾਈਆਂ ਦੀ ਖਰੀਦੋ ਫਰੋਖਤ 'ਚ ਪਾਰਦਰਸ਼ਤਾ ਲਿਆਉਣ ਲਈ ਸਰਕਾਰ ਨੇ ਵੈੱਬ ਐਪ ਕੀਤੀ ਲਾਂਚ। ਕਦੋਂ ਮਿਲੇਗੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ? ਬਰਗਾੜੀ 'ਚ ਮੋਰਚਾ ਲਾਈ ਬੈਠੇ ਸਿੱਖ ਆਗੂਆਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅੱਗੇ ਰੱਖੇ ਸਵਾਲ। ਬਾਜਵਾ ਦੀ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨਾਲ 1 ਘੰਟਾ ਮੁਲਾਕਾਤ, ਦਿੱਤਾ ਭਰੋਸਾ, ਮੁੱਖ ਮੰਤਰੀ ਕੋਲ ਰੱਖਾਂਗੇ ਮੰਗਾਂ। ਅਬੋਹਰ ਦੇ ਪਿੰਡ ਰਾਏਪੁਰਾ 'ਚ ਟੁੱਟਿਆ ਨਹਿਰ ਦਾ ਬੰਨ੍ਹ, ਸੈਂਕੜੇ ਏਕੜ ਫਸਲ ਹੋਈ ਬਰਬਾਦ। ਨੇੜਲੇ ਪਿੰਡਾਂ 'ਚ ਵੜਿਆ ਪਾਣੀ, ਲੋਕ ਹੋਏ ਬੇਘਰ। ਪੀੜਤ ਲਾ ਰਹੇ ਨੇ ਮਦਦ ਦੀ ਗੁਹਾਰ, ਪ੍ਰਸ਼ਾਸਨ ਨਹੀਂ ਲੈ ਰਿਹਾ ਸੁੱਧ। ਅਤੇ ਹੁਣ ਖਬਰਾਂ ਦਾ ਵਿਸਤਾਰ। ਮੋਗਾ ਤੋਂ SSP ਅਹੁਦੇ ਤੋਂ ਲਾਏ ਗਏ ਰਾਜੀਵ ਸਿੰਘ ਨੇ ਆਖਿਰਕਾਰ ਚੁੱਪੀ ਤੋੜ ਦਿੱਤੀ ਹੈ। ਉਹਨਾਂ ਆਪਣੇ 'ਤੇ ਦੇਸ਼ ਛੱਡ ਕੇ ਭੱਜਣ ਦੀ ਲੱਗ ਰਹੀਆਂ ਕਿਆਸ ਅਰਾਈਆਂ ਨੂੰ ਠੱਲ ਪਾਉਂਦਿਆਂ ਆਖਿਆ ਕਿ ਉਹ ਦੇਸ਼ ਤੱਕ ਹੀ, ਪੰਜਾਬ ਛੱਡ ਕੇ ਵੀ ਨਹੀਂ ਜਾਣਗੇ। ਹੋਰ ਕੀ ਕੁਝ ਕਿਹਾ ਰਾਜੀਵ ਸਿੰਘ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਅਸੀਂ, ਮੈਂ ਸ਼ਹੀਦ ਪਰਿਵਾਰ ਦੇ ਵਿੱਚੋਂ ਹਾਂ। ਮੈਂ ਆਪਣੇ ਮੁਲਕ ਦਾ, ਆਪਣੇ ਵਤਨ ਦਾ ਵਫਾਦਾਰ ਸਿਪਾਹੀ ਹਾਂ। ਖੁਦ ਨੂੰ ਸ਼ਹੀਦ ਪਰਿਵਾਰ ਵਿੱਚੋਂ ਤੇ ਮੁਲਕ ਦਾ ਵਫਾਦਾਰ ਸਿਪਾਹੀ ਦੱਸਣ ਵਾਲੇ ਇਹ ਨੇ ਮੋਗਾ ਦੇ ਸਾਬਕਾ SSP ਰਾਜਜੀਤ ਸਿੰਘ, ਜਿਨ੍ਹਾਂ ਨੇ ਦੇਸ਼ ਛੱਡ ਕੇ ਜਾਣ ਦੀਆਂ ਉੱਡ ਰਹੀਆਂ ਅਫਵਾਹਾਂ ਤੋਂ ਬਾਅਦ ਇਹ ਬਿਆਨ ਸਾਹਮਣੇ ਹੈ। ਰਾਜਜੀਤ ਨੇ ਆਪਣੀ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਉਹ ਇਸ ਸਮੇਂ ਅੰਮ੍ਰਿਤਸਰ ਮੌਜੂਦ ਨੇ ਤੇ ਸੋਮਵਾਰ ਆਪਣਾ ਪਾਸਪੋਰਟ ਪੁਲਿਸ ਹੈੱਡਕੁਆਰਟਰ 'ਚ ਜਮ੍ਹਾਂ ਕਰਵਾਉਣਗੇ। ਕਦੇ ਵੀ ਨਹੀਂ ਭੱਜਾਂਗਾ ਔਰ ਬਿਲਕੁਲ ਮੇਰਾ ਕੋਈ ਬਾਹਰ ਜਾਣ ਦਾ ਕੋਈ ਇਰਾਦਾ ਨਹੀਂ ਹੈ। ਜਦ ਤੱਕ ਇਹ ਕੇਸ ਖਤਮ ਨਹੀਂ ਹੋ ਜਾਂਦਾ ਤਦ ਤੱਕ ਮੈਂ ਕਿਤੇ ਨਹੀਂ ਜਾਵਾਂਗਾ ਔਰ ਮੈਂ ਆਪਣੀ ਪੂਰਨ ਇੱਛਾ ਨਾਲ, ਆਪਣੀ ਵਲੰਟੈਰਲੀ ਮੈਂ ਆਪਣਾ ਜਿਹੜਾ ਪਾਸਪੋਰਟ ਹੈ ਉਹ ਸੋਮਵਾਰ ਨੂੰ IG ਹੈੱਡਕੁਆਰਟਰ ਸਾਹਿਬ, ਪੁਲਿਸ ਹੈੱਡਕੁਆਰਟਰ ਸੈਕਟਰ 9 ਵਿਖੇ ਸਰਦਾਰ ਜਤਿੰਦਰ ਸਿੰਘ ਔਲਖ ਨੂੰ ਸੌਂਪ ਦਿਆਂਗਾ। ਨਸ਼ੇ ਦੇ ਸੌਦਾਗਰਾਂ ਨਾਲ ਰਿਸ਼ਤਿਆਂ ਦੇ ਇਲਜ਼ਾਮਾਂ 'ਚ ਘਿਰੇ SSP ਦਾ ਇਹ ਵੀ ਕਹਿਣਾ ਕਿ ਉਸ ਖਿਲਾਫ਼ ਇੱਕ ਤਰਫਾ ਪ੍ਰੋਪੇਗੰਡਾ ਚਲਾਇਆ ਜਾ ਰਿਹਾ ਹੈ, ਜਦਕਿ ਉਹ ਬੇਕਸੂਰ ਹੈ। ਦੱਸਣਾ ਚਾਹੁੰਦਾ ਹਾਂ ਕਿ ਮੇਰੇ ਖਿਲਾਫ਼ ਇੱਕ ਵਨ ਸਾਈਡਡ ਪ੍ਰੋਪੇਗੰਡਾ ਚੱਲ ਰਿਹਾ ਹੈ। ਮੈਂ ਬਿਲਕੁਲ ਟੋਟਲ ਬੇਕਸੂਰ ਹਾਂ, ਕਿਉਂਕਿ ਇਹ ਜਿਹੜਾ ਕੇਸ ਹੈ ਇਹ ਮਾਨਯੋਗ ਹਰਿਆਣਾ ਹਾਈਕੋਰਟ, ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਪੈਂਡਿੰਗ ਆ। ਇਹਦੀ ਅਗਲੀ ਤਰੀਕ 25 ਜੁਲਾਈ ਹੈ। ਇਸ ਕਰਕੇ ਮੈਂ ਕੇਸ ਬਾਰੇ ਬਹੁਤੀ ਡਿਟੇਲ 'ਚ ਗੱਲ ਨਹੀਂ ਕਰ ਸਕਦਾ ਕਿਉਂਕਿ ਕੇਸ ਪਹਿਲਾਂ ਹੀ ਕੋਰਟ ਦੇ ਵਿੱਚ ਸਬਜੂਡਿਸ ਹੈ। ਮੈਂ ਬਿਲਕੁਲ ਬੇਕਸੂਰ ਹਾਂ। ਜ਼ਿਕਰਯੋਗ ਹੈ ਕਿ ਡਰੱਗ ਮਾਮਲੇ 'ਚ ਨਾ ਆਉਣ ਤੋਂ ਬਾਅਦ ਸਾਬਕਾ SSP ਰਾਜਜੀਤ ਸਿੰਘ ਦੀਆਂ ਦੇਸ਼ ਤੋਂ ਬਾਹਰ ਭੱਜ ਜਾਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ, ਜਿਸ ਤੋਂ ਬਾਅਦ ਉਹਨਾਂ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਅਤੇ ਕੈਪਟਨ ਸਰਕਾਰ ਨੇ ਸਖ਼ਤ ਰੁੱਖ ਅਖਤਿਆਰ ਕੀਤਾ ਹੋਇਆ। ਨਿਊਜ਼ ਡੈਸਕ ਰਿਪੋਰਟ, ਜਸ ਪੰਜਾਬੀ। ਉਧਰ SSP ਰਾਜੀਵ ਸਿੰਘ ਡਰੱਗ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਮੋਗਾ ਦੇ SSP ਦਾ ਤਬਾਦਲਾ ਕੀਤਾ ਗਿਆ। ਰਾਜੀਵ ਸਿੰਘ ਦੇ ਤਬਾਦਲੇ ਤੋਂ ਬਾਅਦ ਮੋਗਾ ਦੇ ਨਵੇਂ ਲਾਏ ਪੁਲਿਸ ਕਪਤਾਨ ਨੂੰ ਵੀ ਕੈਪਟਨ ਸਰਕਾਰ ਨੇ 1 ਹਫ਼ਤੇ ਦੇ ਅੰਦਰ ਅੰਦਰ ਬਦਲ ਦਿੱਤਾ। SSP ਮੋਗਾ ਕਮਲਜੀਤ ਸਿੰਘ ਢਿੱਲੋਂ ਨੂੰ ਬਦਲ ਕੇ AIG ਅਪਰਾਧ ਵਜੋਂ ਤੈਨਾਤ ਕਰ ਦਿੱਤਾ ਗਿਆ। ਅਜਿਹਾ ਉਹਨਾਂ ਵਿਰੁੱਧ ਇਲਜ਼ਾਮਾਂ ਦੀ ਜਾਂਚ ਅਧੂਰੀ ਹੋਣ ਕਰਕੇ ਕੀਤਾ ਗਿਆ। ਹੁਣ ਢਿੱਲੋਂ ਦੀ ਜਗ੍ਹਾ ਗੁਰਪ੍ਰੀਤ ਸਿੰਘ ਤੂਰ ਨੂੰ ਮੋਗਾ ਦਾ ਨਵਾਂ SSP ਥਾਪਿਆ ਗਿਆ, ਜੋ ਕਿ 2004 ਬੈਚ ਦੇ IPS ਅਧਿਕਾਰੀ ਨੇ। ਉਹਨਾਂ ਨੂੰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਸੁਭਾਅ ਕਰਕੇ ਜਾਣਿਆ ਜਾਂਦਾ। ਤੂਰ ਨੇ ਨਸ਼ਾ ਸੰਬੰਧੀ ਪੁਸਤਕਾਂ ਵੀ ਲਿਖੀਆਂ ਹਨ ਅਤੇ ਉਹਨਾਂ ਨਸ਼ਿਆਂ ਖਿਲਾਫ਼ ਮੁਹਿੰਮ ਵੀ ਛਿੜੀ ਹੋਈ ਸੀ। ਉਧਰ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਅਤੇ ਗ੍ਰਹਿ ਵਿਭਾਗ ਨੂੰ ਬਦਲੇ ਗਏ ਪੁਲਿਸ ਅਧਿਕਾਰੀ ਵਿਰੁੱਧ ਜਾਂਚ ਨੂੰ ਛੇਤੀ ਪੂਰਾ ਕਰਨ ਦੇ ਹੁਕਮ ਦਿੱਤੇ ਨੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਗਾ ਦੇ ਪੁਲਿਸ ਕਪਤਾਨ ਰਾਜਜੀਤ ਸਿੰਘ, ਜਿਨ੍ਹਾਂ ਵਿਰੁੱਧ ਨਸ਼ਿਆਂ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ, ਇਸ ਕਾਰਨ ਰਾਜਜੀਤ ਸਿੰਘ ਦੀ ਬਦਲੀ ਕਰ ਦਿੱਤੀ ਗਈ ਸੀ। ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ ਨਹੀਂ ਥੰਮ ਰਿਹਾ। ਤਾਜ਼ਾ ਮਾਮਲਾ ਮੋਗਾ ਅਤੇ ਤਰਨ ਤਾਰਨ ਤੋਂ ਸਾਹਮਣੇ ਆਇਆ। ਮੋਗਾ 'ਚ ਨਸ਼ੇ ਨੇ ਕਬੱਡੀ ਦੇ ਖਿਡਾਰੀ ਨੂੰ ਜੱਫਾ ਪਾ ਲਿਆ, ਜਦਕਿ ਤਰਨ ਤਾਰਨ 'ਚ ਇੱਕ 35 ਸਾਲਾ ਸ਼ਖਸ ਨੇ ਨਸ਼ੇ ਦੀ ਓਵਰਡੋਜ਼ ਕਰਕੇ ਦਮ ਤੋੜ ਦਿੱਤਾ। ਨਸ਼ਾ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਨਿਗਲਦਾ ਜਾ ਰਿਹਾ ਹੈ।
ਤੇ ਇਸ ਵਾਰ ਨਸ਼ੇ ਦੀ ਚਪੇਟ ਚ ਆਇਆ ਕਿਸੇ ਸਮੇਂ ਕਬੱਡੀ ਦੇ ਮੈਦਾਨ ਚ ਮੱਲਾਂ ਮਾਰਨ ਵਾਲਾ ਖਿਡਾਰੀ। ਮੋਗਾ ਦੇ ਪਿੰਡ ਬੁਰਜ ਹਮੀਰਾ ਚ 23 ਵਰਿਆਂ ਦੇ ਕਬੱਡੀ ਖਿਡਾਰੀ ਨੂੰ ਨਸ਼ੇ ਨੇ ਆਪਣੀ ਲਪੇਟ ਵਿਚ ਲੈ ਲਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਕਥਿਤ ਤੌਰ ਤੇ ਨਸ਼ੇ ਦੀ ਓਵਰਡੋਸ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਚੰਨਣ ਸਿੰਘ ਨੂੰ 28 ਜੁਲਾਈ ਵਾਲੇ ਦਿਨ ਬੇਹੋਸ਼ੀ ਦੀ ਹਾਲਤ ਚ ਪਹਿਲਾਂ ਬਠਿੰਡਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਉਸ ਨੂੰ ਡਾਕਟਰਾਂ ਨੇ ਲੁਧਿਆਣਾ ਦੇ DMC ਤੇ ਫਿਰ PGI ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ 27 ਤਰੀਕ ਨੂੰ ਘਰੋਂ ਗਿਆ ਜੀ ਸੁਬਹ ਵਾਲ ਕਟਾਉਣ ਦੀ ਖਾਤਰ, ਉਦੋਂ ਬਾਅਦ ਇਹ 3 ਵਜੇ ਤੱਕ ਘਰ ਵਾਪਸ ਨਹੀਂ ਆਇਆ ਜੀ। 3 ਵਜੇ ਵਾਪਸ ਆ ਕੇ ਘਰੇ, ਉਦੋਂ ਬਾਅਦ ਇਹਨੇ ਘਰੇ ਆ ਕੇ ਰੋਟੀ ਪਾਣੀ ਖਾਧਾ, ਰਾਤ ਨੂੰ ਪਿਆ ਹੈਗਾ ਜੀ। ਸੁਬਹਾ ਜਦੋਂ ਅਸੀਂ ਉਠਾਇਆ ਉਦੋਂ ਗੁੰਮ ਸੀਗਾ ਜੀ, ਸਾਨੂੰ ਨਹੀਂ ਪਤਾ ਇਹਨੇ ਕੀ ਲਿਆ ਜਾਂ ਕੀ ਨਹੀਂ ਲਿਆ। ਕਿਸ ਤਰ੍ਹਾਂ ਨਸ਼ਾ ਕਰਦਾ ਸੀ? ਅਸੀਂ ਤਾਂ ਆਪਦੇ ਮੂੰਹੋਂ ਕਦੇ ਨਹੀਂ ਦੇਖਿਆ ਜੀ, ਜਿਵੇਂ ਹੁਣ 3 ਮਹੀਨੇ ਪਹਿਲਾਂ ਕਰਦਾ ਸੀਗਾ ਉਦੋਂ ਵੀ ਸਾਨੂੰ ਕਿਤੋਂ ਬਾਹਰੋਂ ਪਤਾ ਲੱਗਿਆ, ਸਾਨੂੰ ਇੱਥੇ ਘਰੇ ਨਹੀਂ ਪਤਾ ਲੱਗਿਆ। ਜਦੋਂ ਘਰੇ ਮਾੜਾ ਮੋਟਾ ਜਦੋਂ ਪਤਾ ਲੱਗਿਆ ਸੀ ਉਦੋਂ ਇਹਨੂੰ 3 ਮਹੀਨੇ ਅਸੀਂ ਛੱਡਤਾ ਜੀ। ਵਿਦੇਸ਼ ਵੀ ਗਿਆ ਸੀ? ਹਾਂਜੀ ਗਿਆ ਸੀਗਾ ਜੀ। ਰਾਤ ਰੋਟੀ ਰੋਟੀ ਖਾ ਕੇ ਸੁੱਤੇ ਆ, ਜਦੋਂ ਸੁਬਹਾ ਉੱਠੇ 8 ਵਜੇ ਨਾਲ ਮੰਮੀ ਨੇ ਉਠਾਇਆ ਤਾਂ ਉਸ ਟਾਈਮ ਬੋਲ ਨਹੀਂ ਰਿਹਾ ਸੀ। ਉਸ ਤੋਂ ਬਾਅਦ ਹਸਪਤਾਲ ਲੈ ਗਈ ਉਹ ਬਠਿੰਡੇ ਤੋਂ ਬਾਅਦ ਇਹਨੂੰ DMC ਲੈ ਗਏ, DMC ਤੋਂ 4 ਦਿਨ ਤੋਂ ਬਾਅਦ PGI। ਪੁਲਿਸ ਵੱਲੋਂ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੀ ਅਸਲੀ ਵਜ੍ਹਾ ਪਤਾ ਲੱਗ ਸਕੇਗੀ। ਨੂੰ ਘਰੋਂ ਚਲਾ ਗਿਆ ਸੀ ਕਿਤੇ ਬਾਹਰ ਦੁਕਾਨ 'ਤੇ, ਉੱਥੇ ਪਤਾ ਨਹੀਂ ਕੋਈ ਕਿਸ ਤਰ੍ਹਾਂ ਕੋਈ ਨਸ਼ੀਲੀ ਦਵਾਈ ਖਾਧੀ ਜਾਂ ਕਿਸ ਤਰ੍ਹਾਂ, ਹਜੇ ਕੋਈ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੂਗਾ। ਤੁਸੀਂ ਇਹ PGI ਤੋਂ ਲੈ ਕੇ ਆਏ ਜੀ? ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? 174 ਦੀ ਕਾਰਵਾਈ ਜੀ। ਅਸੀਂ ਇਹਦੇ ਪਿਤਾ ਦੇ ਬਿਆਨਾਂ 'ਤੇ ਕੁਛ ਪਤਾ ਲੱਗਿਆ ਵੀ ਮੌਤ ਕਿਵੇਂ ਹੋਈ ਲੜਕੇ? ਮੌਤ ਸਰ ਹਜੇ ਡਾਕਟਰ ਸਾਹਿਬ ਨੇ ਕੋਈ ਨਹੀਂ ਦੱਸਿਆ, ਹਜੇ ਜਦੋਂ ਰਿਪੋਰਟਾਂ ਆਉਣਗੀਆਂ ਉਦੋਂ ਬਾਅਦ ਪਤਾ ਲੱਗੂਗਾ ਵੀ ਇਹਦਾ ਕੀ ਨਸ਼ਾ ਖਾਧਾ ਜੀ ਨਹੀਂ ਖਾਧਾ ਸੀ। ਉਧਰ ਨਸ਼ੇ ਦੀ ਓਵਰਡੋਸ ਨੇ ਤਰਨ ਤਾਰਨ 'ਚ ਵੀ ਇੱਕ ਮਾਂ ਤੋਂ ਉਸਦਾ ਪੁੱਤ ਖੋਲਿਆ। 35 ਸਾਲਾਂ ਦਾ ਕਰਤਾਰ ਸਿੰਘ ਪਿੰਡ ਲੱਖਣਾ ਤਾਪਾ ਦਾ ਰਹਿਣ ਵਾਲਾ ਸੀ। ਬੇਸ਼ੱਕ ਸਰਕਾਰ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਨਿਤ ਦਿਨ ਨੌਜਵਾਨਾਂ ਦੀ ਨਸ਼ੇ ਨਾਲ ਹੋ ਰਹੀ ਮੌਤ ਕਾਰਨ ਕਈ ਪਰਿਵਾਰਾਂ ਦੇ ਘਰ ਉੱਜੜ ਰਹੇ ਨੇ। ਸੋ ਲੋਕਾਂ ਦੇ ਮਨ 'ਚ ਸਵਾਲ ਹਾਲੇ ਵੀ ਉਹੀ ਹੈ ਕਿ ਨੌਜਵਾਨੀ ਨੂੰ ਨਿਕਲਦਾ ਜਾ ਰਿਹਾ ਨਸ਼ੇ ਦਾ ਖਾਤਮਾ ਕਦੋਂ ਹੋਏਗਾ। ਨਿਊਜ਼ ਡੈਸਕ ਰਿਪੋਰਟ, ਜਸ ਪੰਜਾਬੀ। ਚਿੱਟੇ ਦੇ ਵਿਰੋਧ 'ਚ ਕਾਲੇ ਹਫ਼ਤੇ ਦੇ ਆਖਰੀ ਦਿਨ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਨਸ਼ਾ ਖਿਲਾਫ਼ ਲੋਕਾਂ ਨੇ ਆਪੋ ਆਪਣੇ ਢੰਗ ਨਾਲ ਵਿਰੋਧ ਜਤਾਇਆ। ਕਿਤੇ ਕੈਂਡਲ ਮਾਰਚ ਕੱਢਿਆ ਗਿਆ, ਕਿਤੇ ਭੁੱਖੇ ਰਹਿ ਕੇ ਨਸ਼ਿਆਂ ਖਿਲਾਫ਼ ਛੇੜੀ ਗਈ ਜੰਗ, ਤਾਂ ਕਿਤੇ ਦਿਖੀ ਵਿਰੋਧੀ ਇਕਜੁੱਟਤਾ ਦੀ ਮਿਸਾਲ। ਪੰਜਾਬ ਵਿੱਚ ਆਏ ਦਿਨ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਗੰਭੀਰ ਮੁੱਦਾ ਬਣਿਆ ਹੋਇਆ। ਅਜਿਹੇ 'ਚ ਫਰੀਦਕੋਟ ਦੇ ਹਲਕਾ ਕੋਟਕਪੁਰਾ ਨਿਵਾਸੀਆਂ ਵੱਲੋਂ ਚਿੰਤਾ ਪ੍ਰਗਟ ਕਰਦਿਆਂ ਸੰਕੇਤਕ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਸ਼ਹਿਰ ਵਿੱਚ ਨਸ਼ਿਆਂ ਖਿਲਾਫ਼ ਰੋਸ ਮਾਰਚ ਕੀਤੇ ਜਾ ਰਹੇ ਨੇ। ਪਿਛਲੇ 8 ਦਿਨਾਂ ਤੋਂ ਸ਼ੁਰੂ ਹੋਈ ਇਸ ਭੁੱਖ ਹੜਤਾਲ ਵਿੱਚ ਰੋਜ਼ਾਨਾ 10 ਦੇ ਕਰੀਬ ਔਰਤਾਂ ਅਤੇ ਮਰਦ ਸ਼ਾਮਿਲ ਹੁੰਦੇ ਨੇ। ਇਸ ਦੌਰਾਨ ਧਰਨੇ 'ਚ ਮੌਜੂਦ ਔਰਤਾਂ ਨੇ ਰੋਸ ਜ਼ਾਹਿਰ ਕਰਦਿਆਂ ਮਰਨ ਵਰਤ ਦੀ ਚੇਤਾਵਨੀ ਵੀ ਦਿੱਤੀ। ਇਹ ਸਾਡਾ ਮੈਸੇਜ ਜਿਹੜਾ ਸਰਕਾਰ ਐਕਸੈਪਟ ਨਹੀਂ ਕਰਦੀ, ਤਾਂ ਅਸੀਂ ਸਾਰੀਆਂ ਪੰਜਾਬ ਦੀਆਂ ਮਾਵਾਂ ਨੂੰ ਮੈਂ ਇਹੀ ਕਹੂੰਗੀ ਕਿ ਅਸੀਂ ਘਰਾਂ ਤੋਂ ਬਾਹਰ ਆਣ ਕੇ ਮਰਨ ਵਰਤ ਰੱਖਾਂਗੇ ਜੀ। ਕਿਤੇ 2 ਗ੍ਰਾਮ ਵਾਲਾ ਫੜ ਲਿਆ, 10 ਗ੍ਰਾਮ ਵਾਲਾ ਫੜ ਲਿਆ, ਕਿ ਨਾ 2 ਗ੍ਰਾਮ ਵਾਲੇ ਨਾ 10 ਗ੍ਰਾਮ ਵਾਲੇ ਨਾਲ ਗੱਲ ਨਹੀਂ ਬਣਨੀ ਜਿੰਨਾ ਚਿਰ ਇਹਦੀਆਂ ਜੜ੍ਹਾਂ ਨਹੀਂ ਪੱਟੀਦੀਆਂ। ਇਹ ਵੱਡੇ ਸਮਗਲਰ ਜਿਹੜੀਆਂ ਫੈਕਟਰੀਆਂ ਲੱਗੀਆਂ ਜਾਂ ਜਿੱਥੇ ਨਸ਼ਾ ਬਣਦਾ ਜਾਂ ਜਿੱਥੋਂ ਨਸ਼ਾ ਆਉਂਦਾ, ਇਹ ਕੈਪਟਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿੰਨਾ ਚਿਰ ਉਹ ਬੰਦੇ ਨਹੀਂ ਨਾ ਫੜੀ ਦੇ, ਉਹ ਬੰਦਿਆਂ ਨੂੰ ਸਜ਼ਾ ਨਹੀਂ ਮਿਲਦੀ, ਉਹਨਾਂ ਬੰਦਿਆਂ 'ਤੇ ਕਾਰਵਾਈ ਨਹੀਂ ਹੁੰਦੀ, ਉਹਨਾਂ ਚਿਰ ਇਹ ਨਸ਼ੇ ਦੀ ਗੱਲ ਬਣਨੀ ਨਹੀਂ। ਉਧਰ ਮੁੱਖ ਮੰਤਰੀ ਕੈਪਟਨ ਦੇ ਘਰ ਅੱਗੇ ਸਿੱਖ ਸਦਭਾਵਨਾ ਦਲ ਵੱਲੋਂ ਨਸ਼ਿਆਂ 'ਤੇ ਰੋਸ ਜਤਾਉਂਦੇ ਹੋਏ ਕੀਰਤਨ ਕੀਤਾ ਗਿਆ। ਅਜਿਹਾ ਕਰਨ ਪਿੱਛੇ ਮਕਸਦ ਸੀ ਮੁੱਖ ਮੰਤਰੀ ਕੈਪਟਨ ਨੂੰ ਉਹ ਵਾਅਦਾ ਚੇਤੇ ਕਰਾਉਣਾ, ਜਿਸ 'ਚ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਉਹ ਸੱਤਾ 'ਚ ਆਉਣ ਤੋਂ ਬਾਅਦ 4 ਹਫ਼ਤਿਆਂ 'ਚ ਨਸ਼ੇ ਦਾ ਖਾਤਮਾ ਕਰ ਦੇਣਗੇ। ਖਤਮ ਕਰਾਂਗੇ, ਇਹ ਤੁਹਾਡਾ ਫਰਜ਼ ਬਣਦਾ। ਇਸ ਫਰਜ਼ ਨੂੰ
उधर कपूरथला च नशियां खिलाफ विरोधी एकजुटता की मिसाल देखने मिली। इथे अकाली अते कांग्रेसियां ने इकट्ठे मिलके कैंडल मार्च कटिया अते लोकां नूं नशियां प्रति जागरूक किया। इस मौके विशेष तौर ते रैली च शामिल होने पहुंचे कांग्रेसी विधायक राणा गुरजीत सिंह ने कहा कि हर वर्ग नूं पार्टी बाजी तो उपर उठ के पंजाब की फिक्र करनी चाहिए है। उथे ही अकाली आगू भी राणे की हां च हां मिलाते नजर आए। नशा मुक्त पंजाब देने चाहते हैं और मैं चाहवागा कि सारे जिन्हिया धार्मिक समाजिक जथेबंदियां ने अज साडा साथ दिता सारे पंजाब च लहर चलनी चाहिए आ। पोलिटिकल पार्टीज समाजिक पार्टीज धार्मिक संस्थाव सहयोग देन बच्चों स्कूलों के कॉलेजों के प्रेरित करन और महला वाइज असी को पुलिस के काम च नहीं इंटरफेयर करना लेकिन पुलिस नाल बह के असी बैठक जरूर करांगे। सारी पार्टीज कट्ठिया होकर बुद्धिजीवी बह के शहर के चंगे बंदे और लिस्ट बना के देंगे कि भाई आ बंदा नशे का व्यापार करता पुलिस उन्होंने फड़े। पार्टी पद्धर तो उपर उठ के आप राजनीति में छड के पंजाब सरकार नशे के खिलाफ कोई जी मुहिम चलाएगी असी सारे उसका पूरा समर्थन करेंगे। तो जिमें दसा भी गया कि आप सारा पिछला इतिहास भी देख लीए तो जिन्नी देर तक लोगों की इनवॉल्वमेंट नहीं होंगी लोगों ने इनवॉल्व नहीं किया जाता किसी भी काम के उन्नी देर तक ठीक है पुलिस या एडमिनिस्ट्रेशन अपने तौर पर बड़ा उपराले करती है सरकार भी अपने तौर पर चाहे समय समय की सरकार हमेशा उन्हों का यह होंगे कि असं उपराला करिए कोई भी सरकार नहीं चाहती कि साडे सूबे के अंदर किसी तरह की कोई प्रॉब्लम हो। लेकिन जिन्नी देर तक मैं समझदा कि लोगों की इनवॉल्वमेंट नहीं होंगी उन्नी देर तक जो कोई भी मसला जो इदा का गंभीर खास तौर पर जो अज का मुद्दा है नशिया का मुद्दा यहोजे गंभीर मुद्दे को खत्म नहीं किया जा सकता। नशे खिलाफ आम लोगों के नाल नाल सियासतदाना ने एकजुट होकर नशिया खिलाफ झंडा बुलंद किया है। देखना होगा कि नशे की दलदल च फसी पंजाब की जवानी सूबा सरकार कदों तक कट पाती है और नशे का कारोबार करने वाले खिलाफ कदों कोई ढुकवी कार्रवाई सामने आती है। न्यूज डेस्क रिपोर्ट जस पंजाबी। इस दे नाल ही वेला हो गया एक छोटे जे ब्रेक का तुसीं बने रहो जस पंजाबी दे नाल।